ਹਾਫ ਪਲੇਟ ਚਿੱਲੀ ਚਿਕਨ ਖਾਣ ਤੋਂ ਬਾਅਦ ਜਦੋਂ ਹੋਟਲ ਦੇ ਕਰਮਚਾਰੀਆਂ ਨੇ ਇੱਕ ਨੌਜਵਾਨ ਤੋਂ ਪੈਸੇ ਮੰਗੇ ਤਾਂ ਬਦਲੇ ਦੇ ਵਿੱਚ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਹਾਲਾਂਕਿ ਆਲਮ ਇੱਥੋਂ ਤੱਕ ਪਹੁੰਚ ਗਿਆ ਕਿ ਹੋਟਲ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਤਾਂ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਹੋਟਲ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ, ਜਿੱਥੇ ਕਿ ਪਹਿਲਾਂ ਤਾਂ ਇੱਕ ਨੌਜਵਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦਾ ਹੈ ਅਤੇ ਜਦੋਂ ਹਾਫ ਪਲੇਟ ਉਸਦੇ ਵੱਲੋਂ ਚਿੱਲੀ ਚਿਕਨ ਦਾ ਔਡਰ ਕੀਤਾ ਜਾਂਦਾ ਤਾਂ ਕਰਮਚਾਰੀਆਂ ਦੇ ਵੱਲੋਂ ਜਦੋਂ ਉਸਨੂੰ ਦਿੱਤਾ ਜਾਂਦਾ ਤਾਂ ਜਦੋਂ ਉਹ ਜਾਣ ਲੱਗਦਾ ਤਾਂ ਕਰਮਚਾਰੀਆਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਉਸਦੇ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦਾ, ਜਿਸ ਤੋਂ ਬਾਅਦ ਉਸਦੇ ਵੱਲੋਂ ਕਰਮਚਾਰੀਆਂ ਨਾਲ ਪਹਿਲਾਂ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਫਿਰ ਗੁੱਸੇ ਦੇ ਵਿੱਚ ਆ ਕੇ ਉਸਦੇ ਵੱਲੋਂ ਹੋਟਲ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਜਾਂਦੇ ਨੇ। ਉੱਥੇ ਹੋਟਲ ਦੇ ਮਾਲਕ ਦਾ ਕਹਿਣਾ ਕਿ ਉਹ ਸਵੇਰੇ ਜਿਵੇਂ ਹੀ ਸਬਜ਼ੀਆਂ ਪਕੜਾ ਕੇ ਆਪਣੇ ਕਰਮਚਾਰੀਆਂ ਨੂੰ ਘਰ ਗਿਆ ਤਾਂ ਉਸਨੂੰ ਜਿਵੇਂ ਹੀ ਫੋਨ ਆਇਆ ਕਿ ਹੋਟਲ ਦੇ ਵਿੱਚ ਇਸ ਤਰੀਕੇ ਦੀ ਵਾਰਦਾਤ ਹੋਈ ਹੈ, ਤਾਂ ਜਦੋਂ ਉਸਨੇ ਮੌਕੇ ਦੇ ਉੱਤੇ ਪਹੁੰਚਿਆ ਤਾਂ ਉਸਦੇ ਵੀ ਹੋਟਲ ਦੀ ਹਾਲਤ ਦੇਖ ਕੇ ਹੋਸ਼ ਉੱਡ ਗਏ, ਕਿਉਂਕਿ ਹਰ ਤਰਫ ਕਾਂਚੀ ਕੱਚ ਖਿਲ ਰਿਹਾ ਪਿਆ ਸੀ ਅਤੇ ਕਿਹਾ ਜਾ ਰਿਹਾ ਕਿ ਕਰਮਚਾਰੀਆਂ ਦੇ ਨਾਲ ਵੀ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਹੋਟਲ ਦੇ ਵਿੱਚ ਜੋ ਤੋੜ ਫੋੜ ਹੋਈ ਹੈ ਉਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋਟਲ ਦੇ ਵਿੱਚ ਕੀ ਕੁਝ ਹੋਇਆ। ਤਾਂ ਇਹ ਤਸਵੀਰਾਂ ਜੋ ਤੁਹਾਡੀ ਸਕਰੀਨ 'ਤੇ ਨੇ ਇਹ ਫਾਜ਼ਿਲਕਾ ਦੇ ਇੱਕ ਹੋਟਲ ਦੀਆਂ ਨੇ, ਜਿੱਥੇ ਕਿ ਕਰਮਚਾਰੀਆਂ ਨੇ ਜਦੋਂ ਇੱਕ ਨੌਜਵਾਨ ਦੇ ਕੋਲੋਂ ਪੈਸੇ ਮੰਗੇ ਤਾਂ ਉਸਦੇ ਵੱਲੋਂ ਹੋਟਲ ਦਾ ਹੀ ਇਹ ਹਾਲ ਕਰ ਦਿੱਤਾ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੰਤ ਹੋਟਲ ਦਾ ਮਾਲਿਕ ਆ, ਮੈਂ ਰੂਟੀਨ ਜਿੱਦਾਂ ਮੇਰੀ ਦਿਨ ਚਰਿਆ ਹੁੰਦੀ, ਮੈਂ ਸਵੇਰੇ ਆਪਣਾ ਕੰਮ ਮੁਕਾ ਕੇ ਜਿੱਦਾਂ ਸਬਜ਼ੀ ਵਗੈਰਾ ਦੇ ਕੇ ਅਤੇ ਮੈਂ ਘਰ ਚਲੇ ਗਿਆ। ਮੈਂ ਘਰ ਪਾਠ ਕਰ ਰਿਹਾ ਸੀ ਅਤੇ ਮੈਨੂੰ ਫੋਨ ਆ ਰਿਹਾ ਹੋਟਲ ਤੋਂ, ਅਤੇ ਮੇਰੇ ਬੰਦਿਆਂ ਨੇ ਕਿਹਾ ਕਿ ਫਟਾਫਟ ਹੋਟਲ 'ਤੇ ਆਓ, ਇੱਥੇ ਇੱਕ ਬੰਦਾ ਜਿਹੜਾ ਕਿ ਬਹੁਤ ਜ਼ਿਆਦਾ ਨਸ਼ੇ 'ਚ ਹੈ ਅਤੇ ਉਸਨੇ ਇੱਥੇ ਤਾਂਡਵ ਮਚਾਇਆ ਹੋਇਆ। ਮੈਂ ਕਿਹਾ ਬੇਟੇ ਮੈਂ ਆ ਰਿਹਾ, ਅਤੇ ਮੈਂ ਜਦੋਂ ਇੱਥੇ ਆਇਆ ਅਤੇ ਮੈਂ ਦੇਖਿਆ ਕਿ ਸ਼ੀਸ਼ੇ ਭੰਨੇ ਹੋਏ ਅਤੇ ਮੇਰੇ ਬੰਦਿਆਂ ਦੇ ਉੱਤੇ ਉਹਨੇ ਹੱਥੋਂ ਵਾਹਵਾ ਮਤਲਬ ਟਾਪਾ ਚੜਿਆ ਹੋਇਆ। ਮੈਂ ਕਿਹਾ ਬੇਟੇ ਤੂੰ ਇਹ ਕੀ ਕੀਤਾ? ਅਤੇ ਇਹਦੇ 'ਚ ਉਹਨੇ ਮੇਰੇ ਵੀ ਇੱਥੇ ਨੱਕ 'ਤੇ ਮੈਨ ਹੈਂਡਲ ਕੀਤਾ, ਮੇਰੇ ਵੀ ਇੱਥੇ ਨੱਕ 'ਤੇ ਕੜਾ ਮਾਰਤਾ। ਫਿਰ ਤੂੰ ਉਹ ਭੱਜ ਗਿਆ ਅਤੇ ਮੇਰੇ ਖਿਆਲ ਗੁਰਦੁਆਰੇ ਕੋਲ ਜਾ ਕੇ ਮੈਂ ਫੜਿਆ, ਉੱਥੇ ਜਾ ਕੇ ਕਿਸੇ ਦੀ ਦੁਕਾਨ 'ਤੇ ਫੜਿਆ, ਉੱਥੇ ਵੀ ਸ਼ੀਸ਼ਾ ਭੰਨਿਆ ਵੀ, ਅਤੇ ਉਹ ਡੋਰ ਹੈਂਡਲ ਪਕੜ ਕੇ ਮੇਰੇ ਫਿਰ ਦੁਬਾਰਾ ਉੱਥੇ ਮਾਰਨ ਲੱਗਿਆ। ਸੋ ਬਹੁਤ ਅਫਸੋਸਜਨਕ ਇਹ ਸਾਰਾ ਕੁਛ ਹੋ ਰਿਹਾ ਇਸ ਟਾਈਮ ਫਾਜ਼ਿਲਕਾ ਦੇ ਵਿੱਚ। ਸੋ ਮੇਰੀ ਐਡਮਿਨਿਸਟ੍ਰੇਸ਼ਨ ਨੂੰ ਇਹ ਅਪੀਲ ਹੈ ਕਿ ਇਸ ਟਾਈਮ ਥੋੜ੍ਹਾ ਜਿਹਾ ਲੋ ਐਂਡ ਆਰਡਰ ਜੋ ਡਿਟੀਰੀਓਰੇਸ਼ਨ ਹੋ ਰਹੀ ਹੈ ਉਹਦੇ ਲਈ ਥੋੜ੍ਹਾ ਜਿਹਾ ਹੋਰ ਚੌਕਸ ਹੋਣ ਦੀ ਲੋੜ ਹੈ, ਹੋਰ ਵਿਜੀਲੈਂਟ ਹੋਣ ਦੀ ਲੋੜ ਹੈ। ਦੇਖੋ ਹੁਣ ਇੱਥੇ ਰੋਲਾ ਕਿੱਥੋਂ ਸ਼ੁਰੂ ਹੁੰਦਾ? ਮੇਰੇ ਬੰਦਿਆਂ ਨੇ ਮੈਨੂੰ ਉੱਥੇ ਦੱਸਿਆ, ਕਹਿੰਦੇ ਜੀ ਹਾਫ ਚਿੱਲੀ ਚਿਕਨ ਉਹਨੇ ਖਾਧਾ। ਹੁਣ ਇਹਨਾਂ ਨੇ ਪੈਸੇ ਤਾਂ ਲੈਣੇ ਆ, ਪੈਸੇ ਉਹਨੇ ਖੇਡ ਜਦੋਂ ਆਨਾਕਾਨੀ ਕੀਤੀ ਅਤੇ ਉਹ ਮੋਟਰਸਾਈਕਲ ਸਟਾਰਟ ਕਰਕੇ ਘੱਟ ਲਿਆ, ਉਹਨੂੰ ਫੜ ਕੇ ਲਿਆਂਦਾ ਅਤੇ ਉਹਨੂੰ ਕਿਹਾ ਤੂੰ ਇੱਥੇ ਬੈਠ ਜਾ, ਫੌਜੀ ਆ ਜਾਂਦੇ ਆ ਫਿਰ ਤੂੰ ਚਲੇ ਜਾ। ਇੰਨੀ ਦੇਰ 'ਚ ਉਹਨੇ ਉੱਥੇ ਬੰਦਿਆਂ ਨੂੰ ਕੁੱਟਣਾ ਸ਼ੁਰੂ ਕਰਤਾ, ਸਾਰੇ ਸ਼ੀਸ਼ੇ ਹੋਟਲ ਦੇ ਭਰਤੇ। ਮਤਲਬ ਬਹੁਤ ਹੀ ਬੜੀ ਸੈਂਸਿਟਿਵ ਜੀ ਲੋ ਐਂਡ ਆਰਡਰ ਦੀ ਸਿਚੁਏਸ਼ਨ ਬਣ ਗਈ ਹੈ ਫਾਜ਼ਿਲਕਾ ਦੇ ਅੰਦਰ। ਇਟ ਇਜ਼ ਵੈਰੀ ਅਨਫੋਰਚੁਨੇਟ, ਵੈਰੀ ਅਨਫੋਰਚੁਨੇਟ, ਨਹੀਂ ਹੋਣਾ ਚਾਹੀਦਾ ਪਰ ਹੋ ਰਿਹਾ। ਜੋ ਵੀ ਸਟਰਨ ਐਕਸ਼ਨ ਹੈ, ਪੁਲਿਸ ਮਸਟ ਟੇਕ ਸਟਰਨ ਐਕਸ਼ਨ, ਕਲਪ੍ਰਿਟ ਮਸਟ ਬੀ ਅਰੈਸਟਡ ਇਮੀਡੀਏਟਲੀ, ਤਾਂ ਕਿ ਇਸ ਤਰੀਕੇ ਦੀਆਂ ਵਾਰਦਾਤਾਂ ਹੋਰ ਨਾ ਹੋਣ।